ਅਗਲੀ ਖਬਰ ਆਉਂਦੀ ਹੈ ਜੀ, ਆਕਾਰ ਪਟੇਲ ਖਿਲਾਫ ਐਲ ਓ ਸੀ ਵਾਪਸ ਲੈਣ ਸੰਬੰਧੀ ਹੁਕਮ ਬਰਕਰਾਰ। ਚਲੋ ਮੈਂ ਵੀ ਲੈਣਾ। ਪੁਲਿਸ ਦੀ ਵਰਦੀ ਵਿਚ ਆਏ ਵਿਅਕਤੀਆਂ ਨੇ 42 ਲੱਖ ਰੁਪਏ ਲੁੱਟੇ। ਆਹ ਵੇਖ ਲਓ ਪੁਲਿਸ ਵਾਲਿਓ ਕਿਸੇ ਤਰ੍ਹਾਂ ਕਰਦਾਰ ਏ, ਪੈਸਾ ਲੁੱਟਣ ਵਾਸਤੇ ਭੇਸ ਬਦਲ ਲਿਆ ਤੇ ਉਹ ਹੀ ਨਲਾਇਕ ਖੜੀਆਂ ਬੀਬੀਆਂ ਜਿਹੜੀਆਂ ਸ਼ਰਧਾ ਚ ਨੇ ਤੇ ਤੁਹਾਡੇ ਵਰਗਿਆਂ ਨੂੰ ਆਪਣਾ ਪੁੱਜੀ ਜਾਂਦੀਆਂ ਪੈਸੇ ਤੇ ਤੁਹਾਡੇ ਪੁਲਿਸੀ ਵਰਦੀ ਪਾ ਕੇ ਲੁੱਟਦੇ ਲੋਕਾਂ ਨੂੰ, ਉਹਨੂੰ ਦਾ ਫੋਨ ਆ ਗਏ ਪਾਪਾ ਤੇ ਇਹ ਆਪਣਾ ਪੁਲਿਸ ਦੀ ਵਰਦੀ ਬਾਰੇ ਜਿਹੜੀ ਖਬਰ ਉਹਨੂੰ ਦੱਸੀ ਏ, ਇਹ ਬੜੀ ਮਾੜੀ ਖਬਰ ਏ। ਤੇ ਅੱਗੇ ਖਬਰ ਆਉਂਦੀ ਹੈ ਜੀ, ਅਨੰਤਨਾਗ ਅੱਤਵਾਦੀਆਂ ਨਾਲ ਮੁਕਾਬਲੇ ਜਵਾਨ ਸ਼ਹੀਦ। ਮੈਂ ਕਹਿੰਦਾ ਅੱਤਵਾਦੀ ਆਈ ਕੋਈ ਨੀ, ਅੱਤਵਾਦ ਮੋਦੀ ਜਿਹਨੇ ਮਿਸਬਿਹੇਵ ਕਰਕੇ ਅੱਤਵਾਦੀ ਪੈਦਾ ਕੀਤੇ ਨੇ ਤੇ ਜੀ ਕੋਈ ਮੁਕਾਬਲਾ ਕਰਨ ਜਾਂਦਾ ਵੈਸੇ ਐਕਸੀਡੈਂਟ ਚ ਮਾਰ ਜਾਂਦਾ, ਉਹ ਸ਼ਹੀਦ ਕਿੱਥੋਂ ਹੋ ਗਿਆ, ਉਹ ਤਾਂ ਮਰਿਆ ਹੈ ਬਸ, ਹੁਣ ਫਲ ਮਿਲਿਆ ਮਾਰਨ ਗਿਆ ਅੱਤਵਾਦੀ ਨੂੰ ਤੇ ਮੌਤ ਆ ਗਈ ਆਪਣੇ। ਉਸ ਸਾਹਿਬ ਯਾਰ ਮੌਤ ਤੋਂ ਅੱਗੇ ਮੌਤ ਖੜੀ, ਮੋਦੀ ਨੂੰ ਕਹਾਂ ਜਾ ਕੇ ਆਪਦੇ ਮੁਕਾਬਲਾ ਕਰੇ ਤੇ ਨਿਕਰ ਪਾ ਕੇ ਲੰਘ ਜਾਏ, ਉਹਨਾਂ ਨੇ ਇਹਨੂੰ ਭੁਣ ਘਿਰਾ ਦੇਣਾ। ਅੱਗੇ ਆ ਜੀ, ਅਨੰਤਨਾਗ ਅੱਤਵਾਦੀਆਂ ਨਾਲ ਮੁਕਾਬਲੇ ਜਵਾਨ ਸ਼ਹੀਦ। ਆਹ ਵੇਖੋ ਕਰੋ ਮੁਕਾਬਲਾ ਜਰਾ ਤੇ ਆਪਣੇ ਜੀਵਨ ਜਵਾਨ ਨੂੰ ਲਾ ਲਓ। ਆਹ ਗੱਲ ਨਹੀਂ ਹੈਗੀ ਤੁਹਾਡੇ ਚ ਹਿੰਦੁਸਤਾਨ ਵਾਲਿਓ, ਦਿੱਲੀ ਜਨਮਾਨ ਜਯੰਤੀ ਸ਼ੋਭਾ ਯਾਤਰਾ ਦੌਰਾਨ ਹਿੰਸਾ। ਇਹ ਹਿੰਸਾ ਵੈਸੇ ਨਹੀਂ ਹੋ ਸਕਦੀ, ਤੁਸੀਂ ਵਿੱਚ ਜ਼ਰੂਰ ਹਿੰਦੁਸਤਾਨ ਚ ਮੁਸਲਮਾਨਾਂ ਦੇ ਗੜ੍ਹ ਦਾ ਗੰਦ ਪਾਇਆ ਹੈਗਾ ਤੇ ਇਹ ਗੱਲ ਇੱਥੇ ਤੱਕ ਕਾਫ਼ੀ। ਅੱਗੇ ਆ ਗਈ, ਦੰਗਾ ਕਰਨ ਵਾਲਿਆਂ ਖਿਲਾਫ ਸਦਾ ਕਰਾਂਗੇ ਅਸਥਾਨਾ, ਸਭ ਬਿਆਨ ਦਾ ਕਿਸਮ ਤੇ। ਅੱਗੇ ਆ ਜੀ, ਦਿੱਲੀ ਜਨਮਾਨ ਜਯੰਤੀ ਸ਼ੋਭਾ ਯਾਤਰਾ ਦੌਰਾਨ ਹਿੰਸਾ। ਦਿੱਲੀ ਚ ਯਾਤਰਾ ਨਿਕਲੀ ਏ ਪਰ ਜੇ ਕਿਸੇ ਨੇ ਵੱਟੇ ਮਾਰੇ ਬਹੁਤ ਗਲਤੀ ਏ। ਅੱਗੇ ਆ ਗਈ, ਉਹਨੇ ਬਿਜਲੀ ਸੰਕਟ ਦਾ ਹੱਲ ਲੱਭਣ ਲੱਗੇ ਸਰਕਾਰ, ਚਲੋ ਦੇਖੀ ਜਾਏਗੀ।